संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम पायो, सजद सुख हर नाम बढ़ाई, गुरु प्रसाद ननद मत पाई, सजद सुख हर गुरबाणी संवाद विद भाई जसबीर सिंह अते कनेडियन सिख स्टडी सेंटर दे देखण वाले सारे दर्शकां नूं डॉक्टर जगजीत सिंह वालों वाहिगुरू जी का खालसा वाहिगुरू जी की फतेह। ए चैनल जिहड़े असीं इहदे विच कोशिश असीं करदे हां कि जिहड़े साडे समाज सिख समाज विच कोई कुरीतियां जां परम भुलेखे पे होए आ उहनां नूं कोशिश करदे हां असीं दूर करन दी। शुक्र गुजार हां सारे दर्शकां दा जिहड़े देखदे आ, उहदे उत्ते कमेंट्स दिंदे आ, सानूं क्वेश्चन भी करदे आ, और क्वेश्चन जरूर करिया करो ताकि उहदे नाल असीं भी इंप्रूव होने आ, ते उहदे नाल साडा सोचण दा तरीका जां असीं लोकां तक ठीक पहुंच सकदे आ। ए सारे विच मेरा साथ दिंदे आ भाई साहब भाई जसबीर सिंह जी। भाई साहब तुहाडा स्वागत है जी। वाहिगुरु जी का खालसा वाहिगुरु जी की फतेह। असी कुछ सीरीज चल रही है जिहड़ियां असी अंतिम संस्कार बारे असी पूरे डिटेल विच एक एक पहलू तो असी गल कर रहे हां। अज उसे नूं असी कंटिन्यू करांगे ते आधार साडा बाद फिर तो असी रिपीट कर दईए उस अकाल तखत वालों प्रमाणित सिख रहत मर्यादा है, असी उहनूं बेस मन के ते सारे दे सारे ਉਹਦੇ ਵਿੱਚ ਜਿਹੜੇ ਸਾਡੇ ਪ੍ਰੋਸੈਸ ਚੱਲ ਰਹੇ ਆ ਉਹਨਾਂ ਬਾਰੇ ਗੱਲ ਕਰਾਂਗੇ। ਭਾਈ ਸਾਹਿਬ ਅੱਜ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਆ, ਜਦੋਂ ਡੈਥ ਹੋ ਜਾਂਦੀ ਆ ਜੀ ਕਿਸੇ ਵੀ ਪ੍ਰਾਣੀ ਦੀ, ਤੇ ਉਸ ਘਰ ਦੇ ਵਿੱਚ ਕਈ ਵਾਰੀ ਖਾਣਾ ਬਣਾਉਣਾ ਬੰਦ ਕਰ ਦਿੱਤਾ ਜਾਂਦਾ, ਤੇ ਖਾਣਾ ਕਿਹਾ ਜਾਂਦਾ ਜਿੰਨੀ ਚਿਰ ਤੱਕ ਸੰਸਕਾਰ ਨਹੀਂ ਹੁੰਦਾ ਉਨੀ ਦੇਰ ਤੱਕ ਬਾਹਰੋਂ ਆਏਗਾ, ਜਾਂ ਇਹ ਇੱਕ ਨੋਰਮਲ ਸਾਡੇ ਵਰਤੀਰਾ ਹੈ। ਕੁਛ ਐਸੇ ਚ ਅਸੀਂ ਇੱਕ ਤਾਂ ਇਹਦੇ ਬਾਰੇ ਕੁਛ ਦਾ ਫੀਲਿੰਗ ਹੈ ਕਿ ਇਹਦੇ ਵਿੱਚ ਸ਼ਾਇਦ ਸੂਤਕ ਪਾਤਕ ਆ ਜਾਂਦਾ, ਜਦੋਂ ਸੂਤਕ ਪਾਤਕ ਆ ਜਾਏ ਤਾਂ ਅਸੀਂ ਚੁਗਲਾ ਚੁੱਲਾ ਚੌਕਾ ਬੰਦ ਕਰ ਦਿੰਦੇ ਆ। ਸੋ ਇਹ ਜਿਹੜਾ ਪਹਿਲੂ ਹੈਗਾ, ਪਹਿਲੇ ਤਾਂ ਖਾਣੇ ਬਾਰੇ, ਫਿਰ ਅਸੀਂ ਉਦੋਂ ਅੱਗੇ ਸੂਤਕ ਪਾਤਕ ਬਾਰੇ ਗੱਲ ਕਰਦੇ ਹਾਂ ਜੀ। ਦੇਖੋ ਜਿਹੜੀਆਂ ਇਹ ਗੱਲਾਂ ਗੁਰਬਾਣੀ ਵਿਚ ਜਦੋਂ ਸੂਤਕ ਪਾਤਕ ਦੀ ਗੱਲ ਆ, ਉਹ ਖਰੇ ਬੜੇ ਸਪਸ਼ਟ ਸ਼ਬਦਾਂ ਵਿਚ ਨਿਰਣਾਇਕ ਢੰਗ ਨਾਲ ਉਹਨੂੰ ਕੰਡੈਮ ਕੀਤਾ ਹੋਇਆ। ਪਰ ਇਹ ਜਿਹੜਾ ਕੰਡੈਮ ਕੀਤਾ ਹੋਇਆ, ਇਹ ਜੋ ਆਮ ਧਰਮ ਦੇ ਨਾਂ ਤੇ, ਅਜੇ ਇਹਨਾਂ ਗੱਲਾਂ ਦਾ ਧਰਮ ਨਾਲ ਕੋਈ ਸਿੱਧਾ ਸਰੋਕਾਰ ਨਹੀਂ। ਆਪਾਂ ਸ਼ਾਇਦ ਪਹਿਲੇ ਐਪੀਸੋਡ ਚ ਵੀ ਗੱਲ ਕੀਤੀ ਸੀਗੀ ਕਿ ਭਾਵੇਂ ਧਰਮ ਦਾ ਜਿਹੜਾ ਮਨੁੱਖੀ ਜੀਵਨ ਨਾਲ ਸੰਬੰਧਿਤ ਹਰ ਪਹਿਲੂ ਦਾ ਜਿਹੜਾ ਉਹ ਧਰਮ ਨਾਲ ਸੰਬੰਧਿਤ ਆ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਧਰਮ ਨਾਲ ਇਹਦਾ ਕੋਈ ਸੰਬੰਧ ਨਹੀਂ, ਭਾਵ ਇਹ ਵੀ ਧਰਮ ਜਿਹੜੇ ਸ਼ਾਸਤਰ ਆ ਉਹਨਾਂ ਬਾਰੇ ਇਹਨਾਂ ਗੱਲਾਂ ਦਾ ਉਹਨਾਂ ਵਿੱਚ ਕੋਈ ਜ਼ਿਕਰ ਨਹੀਂ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ। ਹਾਂ, ਦੂਜਿਆਂ ਵਿੱਚ ਅਨੁਮਤਾਂ ਵਿੱਚ ਕਈਆਂ ਵਿੱਚ ਇਹਦਾ ਵੇਰਵਾ ਦਿੱਤਾ ਹੋਇਆ, ਪਰ ਸਾਡੇ ਵਿੱਚ ਜਿਹੜਾ ਉਹ ਇਹਨਾਂ ਗੱਲਾਂ ਦਾ ਇਸ ਰੂਪ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਹੋਇਆ। ਗੁਰਬਾਣੀ ਜਿਹੜੀ ਆ, ਕਿਉਂਕਿ ਗੁਰਬਾਣੀ ਸਮੁੱਚੀ ਮਨੁੱਖਤਾ ਲਈ ਆ, ਗੁਰਬਾਣੀ ਨੇ ਸਮੁੱਚੇ ਰੂਪ ਵਿੱਚ ਮਨੁੱਖ ਨੂੰ ਦੋਵਾਂ ਸ਼੍ਰੇਣੀਆਂ 'ਚ ਵੰਡਿਆ, ਇੱਕ ਮਨਮੁੱਖ ਆ, ਦੂਜਾ ਗੁਰਮੁੱਖ ਆ। ਠੀਕ ਹੈ, ਜਿਹੜਾ ਸਮੁੱਚੇ ਰੂਪ ਵਿੱਚ ਉਹਦੇ ਵਿੱਚ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਕਿਸੇ ਜ਼ਾਤ ਨਾਲ ਆ, ਇਲਾਕੇ ਨਾਲ ਆ, ਉਹ ਇਸਤਰੀ ਚਾਹੇ ਪੁਰਸ਼ ਆ, ਉਹਨਾਂ ਨੇ ਸਮੁੱਚੀ ਸ਼੍ਰੇਣੀ ਜਿਹੜੀ ਆ ਉਹ ਮਨੁੱਖਤਾ ਦੋਵਾਂ ਹਿੱਸਿਆਂ ਵਿੱਚ ਵੰਡਿਆ ਹੋਇਆ। ਜਿਹੜੀ ਆਪਾਂ ਰਿਆਤ ਮਿਰਾਤ ਦੀ ਗੱਲ ਕਰਦੇ ਹਾਂ, ਸਾਡਾ ਜਿਹੜਾ ਸਮਾਜਿਕ ਜਥੇਬੰਦ ਢਾਂਚੇ ਨਾਲ ਦਾ ਸੰਬੰਧ ਆ, ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਖਾਸ ਤੌਰ 'ਤੇ, ਕਿ ਰਿਆਤ ਮਰਿਆਦਾ ਵਿੱਚ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੋਇਆ। ਹਾਂ, ਕੁਝ ਗੱਲਾਂ ਜਿਹੜੀਆਂ ਹੈਗੀਆਂ ਜੋ ਸਮਾਜ ਵੀ ਪ੍ਰਚਲਿਤ ਆ, ਉਹ ਬੜੇ ਲੰਮੇ ਸਮੇਂ ਤੋਂ ਪ੍ਰਚਲਿਤ ਆ। ਜੋ ਪ੍ਰਚਲਿਤ ਹੋਣ ਦੇ ਪਿੱਛੇ ਕਈਆਂ ਵਿੱਚ ਜਿਹੜਾ ਵਧੀਆ ਜਿਹੜਾ ਕਾਰਨ ਸੀ, ਉਹ ਕਾਰਨ ਜਿਹੜਾ ਉਹ ਕਾਰਨ ਮਾੜਾ ਨਹੀਂ ਸੀਗਾ, ਕਾਰਨ ਜਿਹੜਾ ਸੀ ਉਹ ਵਧੀਆ ਸੀਗਾ, ਤਰਕਮਈ ਸੀਗਾ ਕਿ ਇਹ ਸੁਭਾਵਿਕ ਆ ਕਿ ਜਿਸ ਘਰ ਵਿੱਚ ਮੌਤ ਹੁੰਦੀ ਆ ਤਾਂ ਉੱਥੇ ਸੋਗ ਵਿਆਪਣਾ, ਮਾਹੌਲ ਬਣਨਾ ਸੁਭਾਵਿਕ ਆ।
और उस समय कई जो ज्यादा जेडे ह्यूमन बीइंग के नाते मनुख ज्यादा डावांडोल हुंदा फिर लोग अफसोस करने लिए आउंदे आ उन्हां दा उस समय जो खाण पान का चुल्हा चलाना रोटी बनाना उन्हां लई जिहड़ा आ उस दा माहौल ऐसा नहीं हुंदा तो ऐसे माहौल में जिहड़े आ गुआंढी जां रिश्तेदार जिहड़े आ ਉਹ ਮਦਦ ਕਰਦੇ ਸੀ ਉਹਨਾਂ ਲਈ ਰੋਟੀ ਪਾਣੀ ਨਾ ਬਣਾ ਕੇ ਉਹ ਲਿਆਉਂਦੇ ਸੀਗੇ ਤਾਂ ਕਿ ਉਹਨਾਂ ਦਾ ਧਿਆਨ ਇਸ ਪਾਸੇ ਨਾ ਪਰਵੇ ਉਹਨਾਂ ਲਈ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਲੈ ਆਉਂਦਾ ਜਾਏ ਇੱਕ ਤਰ੍ਹਾਂ ਦੀ ਉਹਨਾਂ ਨਾਲ ਇਸ ਸਮੇਂ ਮਦਦ ਕਰਨਾ ਸੀ ਸਹਾਇਤਾ ਸੀਗਾ ਔਰ ਸਹਿਜੇ ਸਹਿਜੇ ਕੀ ਆ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਵਹਿਮ ਦਾ ਰੂਪ ਧਾਰਨ ਕਰ ਗਈਆਂ ਔਰ ਕੁਝ ਕੁ ਐਸੇ ਵੀ ਆ ਜਿਹੜੇ ਸਾਡੇ ਵਿੱਚ ਜਿਹੜੇ ਅੰਧ ਵਿਸ਼ਵਾਸ ਪ੍ਰਚਲਿਤ ਆ ਉਹਨਾਂ ਵਿੱਚ ਜਦੋਂ ਸ਼ੁਰੂਆਤ ਵੀ ਜਿਹੜਾ ਉਹ ਅੰਧ ਵਿਸ਼ਵਾਸ ਨਹੀਂ ਸੀਗਾ ਬਲਕਿ ਇੱਕ ਚੰਗਾ ਤਰਕ ਸੀਗਾ ਜਿਸ ਕਾਰਨ ਉਹ ਸ਼ੁਰੂਆਤ ਹੋਈ ਪਰ ਫਿਰ ਸਹਿਜੇ ਸਹਿਜੇ ਕੀ ਆ ਜਦੋਂ ਉਹਨਾਂ ਨੇ ਅਖੌਤੀ ਧਾਰਮਿਕ ਆਗੂਆਂ ਨੇ ਉਹਨੂੰ ਧਰਮ ਨਾਲ ਸੰਬੰਧਿਤ ਕਰ ਦਿੱਤਾ ਧਰਮ ਨਾਲ ਸੰਬੰਧ ਕਰਨਾ ਕੋਈ ਮਾੜੀ ਗੱਲ ਨਹੀਂ ਸੀ ਪਰ ਗੱਲ ਇਹ ਆ ਫਿਰ ਉਹਨੂੰ ਜਿਹੜਾ ਉਹਦੇ ਨਾਲ ਵਿਧੀ ਵੀ ਦੱਸ ਦਿੱਤੀ ਇੱਕ ਲੁੱਟ ਘੁਸੁੱਟ ਦਾ ਰਾਹ ਖੋਲ ਲਿਆ ਕਿ ਜੇਕਰ ਤੁਸੀਂ ਇੰਝ ਕਰ ਲਵੋਗੇ ਤਾਂ ਫਿਰ ਠੀਕ ਆ ਜਿਵੇਂ ਅਸੀਂ ਅੱਜ ਦੇਖਦੇ ਹਾਂ ਜਿਹੜੇ ਅੱਜ ਹੀ ਨਹੀਂ ਬਲਕਿ ਬਹੁਤ ਪੁਰਾਣੇ ਸਮੇਂ ਤੋਂ ਹੁੰਦਾ ਆਇਆ ਅੱਜ ਵੀ ਹੋ ਰਹੇ ਆ ਕਿ ਕਾਨੂੰਨ ਬਣੇ ਹੁੰਦੇ ਆ ਕਾਨੂੰਨ ਤਾਂ ਹੈ ਹਰੇਕ ਲਈ ਆ ਪਰ ਫਿਰ ਕੀ ਆ ਕਿ ਜਿਹੜੇ ਕਾਨੂੰਨ ਦੇ ਰਾਖੇ ਆ ਜਿਨ੍ਹਾਂ ਦਾ ਫਰਜ਼ ਬਣਦਾ ਡਿਊਟੀ ਆ ਉਹੀ ਚੋਰ ਮੋਰੀ ਥਾਣੀ ਕਹਿ ਲਿਆ ਜਦੋਂ ਇੰਝ ਕਰ ਦੇਵੇਗਾ ਤਾਂ ਸਭ ਠੀਕ ਆ ਜਿੱਦਾਂ ਕੋਈ ਟ੍ਰੈਫਿਕ ਦਾ ਨਿਯਮ ਭੰਗ ਕਰਦਾ ਤਾਂ ਕਈ ਥਾਂ ਕੀ ਆ ਕਿ ਉਹ ਜੇ ਉਹਨਾਂ ਨੂੰ ਪੈਸੇ ਦੇ ਦਿਉ ਜਿਹੜੇ ਮੌਕੇ ਦੇ ਮੌਜੂਦ ਆ ਉਸ ਸਮੇਂ ਤਾਂ ਫਿਰ ਸਭ ਠੀਕ ਆ ਅਸੀਂ ਦੇਖਦੇ ਹਾਂ ਜਿਹੜੀਆਂ ਕਚਹਿਰੀਆਂ ਵਿੱਚ ਵੀ ਚੱਲਦਾ ਹੋਰ ਥਾਵਾਂ 'ਤੇ ਚੱਲਦਾ ਕਿ ਜੇਕਰ ਤੁਸੀਂ ਪੈਸੇ ਉਹਨਾਂ ਨੂੰ ਦੇ ਦੇਵੋ ਚਾਹੇ ਉਹ ਰਾਜਨੀਤਿਕ ਖੇਤਰ ਵਿੱਚ ਆ ਚਾਹੇ ਕਿਸੇ ਹੋਰ ਖੇਤਰ ਵਿੱਚ ਆ ਚਾਹੇ ਉਹ ਕਰਮਚਾਰੀ ਆ ਜੇ ਉਹਨਾਂ ਨੂੰ ਤੁਸੀਂ ਵੱਡੀ ਦੇ ਦੇਵੋ ਤਾਂ ਫਿਰ ਸਭ ਕੁਝ ਮੁਆਫ ਆ ਪਰ ਜੇ ਨਹੀਂ ਤਾਂ ਫਿਰ ਜਿਹੜਾ ਉਹ ਲਾਗੂ ਹੁੰਦਾ ਤੋ ਜਿਹੜਾ ਧਾਰਮਿਕ ਵਰਤਾਰਾ ਜਿਹੜਾ ਜਾਂ ਸਾਡੇ ਜਿਹੜੀਆਂ ਸਮਾਜਿਕ ਰਹੋ ਰੀਤਾਂ ਸਮਾਜਿਕ ਵਾਤਾਵਰਨ ਆ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਵੀ ਧਰਮ ਦੇ ਭੇਖ ਵਿੱਚ ਜਿਹੜਾ ਪੁਜਾਰੀ ਵਰਗ ਆ ਉਹ ਭਾਵੇਂ ਕਿਸੇ ਵੀ ਰੂਪ 'ਚ ਸੀ ਉਹ ਆ ਬੜਿਆ ਉਹਨੇ ਆ ਕੇ ਫਿਰ ਦੱਸਿਆ ਕਿ ਬਈ ਇਹ ਹੈ ਤਾਂ ਮਾੜਾ ਏ ਪਰ ਜੇਕਰ ਤੁਸੀਂ ਇੰਝ ਕਰ ਲਵੋਗੇ ਤਾਂ ਫਿਰ ਸਭ ਕੁਝ ਠੀਕ ਆ ਅਸੀਂ ਵਿਸ਼ੇਸ਼ ਤੌਰ 'ਤੇ ਕਿਤੇ ਦੇ ਜਿਹੜਾ ਉਚੇਚਾ ਇੱਕ ਪੂਰਾ ਪ੍ਰੋਗਰਾਮ ਕਰਾਂਗੇ ਕਿ ਉਹ ਕਿਹੜੀਆਂ ਗੱਲਾਂ ਹੈਗੀਆਂ ਕਿ ਜਿਨ੍ਹਾਂ ਵਿੱਚ ਇਹੋ ਇੱਦਾਂ ਗੱਲਾਂ ਨੂੰ ਜਿਹੜਾ ਉਹ ਉਭਾਰਿਆ ਗਿਆ ਔਰ ਲੁੱਟ ਘਸੁੱਟ ਦਾ ਇੱਕ ਸਾਧਨ ਬਣਾ ਲਿਆ ਗਿਆ ਪਰ ਇੱਥੇ ਆਪਾਂ ਗੱਲ ਕਰ ਰਹੇ ਹਾਂ ਸੂਤਕ ਪਾਤਕ ਦੀ ਸੂਤਕ ਜਿਹੜਾ ਸੀਗਾ ਜਦੋਂ ਕੋਈ ਜਨਮਦਾ ਸੀ ਬੱਚਾ ਤਾਂ ਉਹਦੇ ਬਾਰੇ ਜਿਹੜਾ ਇਹ ਮੰਨਿਆ ਗਿਆ ਪ੍ਰਚਾਰਿਆ ਗਿਆ ਕਿ ਸੂਤਕ ਤੋਂ ਭਾਵ ਅਤੇ ਅਪਵਿੱਤਰਤਾ ਕਿ ਜਿਹੜੀ ਬੱਚੇ ਦੇ ਜਨਮ ਨਾਲ ਸਮੇਂ ਜਿਹੜੀ ਅਪਵਿੱਤਰਤਾ ਪੈਦਾ ਹੁੰਦੀ ਆ ਅਸ਼ੁੱਧੀ ਹੁੰਦੀ ਆ ਉਹਨੂੰ ਸੂਤਕ ਆਖਿਆ ਗਿਆ ਜਿਹੜੇ ਕਿਸੇ ਦੇ ਮਰਨ ਨਾਲ ਹੁੰਦੀ ਆ ਉਸ ਅਪਵਿੱਤਰਤਾ ਨੂੰ ਅਸ਼ੁੱਧੀ ਨੂੰ ਪਾਤਕ ਆਖਿਆ ਜਾਂਦਾ ਉਹਦਾ ਸੂਤਕ ਪਾਤਕ ਇਕੱਠਾ ਸ਼ਬਦ ਵਰਤਿਆ ਜਾਂਦਾ ਤੋ ਅਸਲ ਜਿਹੜਾ ਕਾਰਨ ਜਾਪਦਾ ਕਿ ਕੁਦਰਤੀ ਗੱਲ ਆ ਕਿ ਜਿਸ ਘਰ ਵਿੱਚ ਚਾਹੇ ਜਨਮ ਦੀ ਗੱਲ ਕਰ ਲਈਏ ਜੇ ਬੱਚਾ ਜਨਮਿਆ ਤਾਂ ਮਾਂ ਲਈ ਉਸ ਸਮੇਂ ਕੰਮ ਕਾਜ ਕਰਨਾ ਆਏਗੀ ਦੀ ਸੰਭਾਲ ਕਰਨਾ ਸੇਵਾ ਕਰਨਾ ਸੰਭਵ ਨਹੀਂ ਸੀ ਉਹਨੂੰ ਰੈਸਟ ਦੀ ਜ਼ਰੂਰਤ ਆ ਜਿਹੜਾ ਪੱਖ ਚੰਗਾ ਸੀ ਸ਼ੁਰੂਆਤ ਚੰਗੀ ਸੀ ਜਿਹਨਾਂ ਲੋਕਾਂ ਨੇ ਸ਼ੁਰੂਆਤ ਕੀਤੀ ਆ ਪਰ ਫਿਰ ਸਹਿਜੇ ਸਹਿਜੇ ਕੀ ਆ ਕਿ ਇਹਨੂੰ ਇੱਕ ਵਹਿਮ ਦਾ ਰੂਪ ਦਿੱਤਾ ਗਿਆ ਔਰ ਇਹਦੇ ਨਾਂ 'ਤੇ ਫਿਰ ਲੁੱਟ ਖਸੁੱਟ ਸ਼ੁਰੂ ਹੋ ਗਈ ਕਿ ਤੁਹਾਨੂੰ ਇਸ ਅਸ਼ੁੱਧੀ ਨੂੰ ਦੂਰ ਕਰਨ ਲਈ ਇੱਕ ਉਪਾਅ ਕਰਨਾ ਪਊਗਾ ਉਪਾਅ ਲਈ ਜਿਹੜਾ ਤੁਹਾਨੂੰ ਵਿੱਚ ਵਿਚੋਲਾ ਚਾਹੀਦਾ ਇੱਕ ਸਮੱਗਰੀ ਚਾਹੀਦੀ ਆ ਉਹਦੀ ਦਾਨ ਦਸ਼ਨਾ ਚਾਹੀਦੀ ਆ ਔਰ ਫਿਰ ਇਹ ਸਿਲਸਿਲਾ ਜੁੜ ਪਿਆ ਤੋ ਇਸ ਤਰ੍ਹਾਂ ਮਰਨ ਦੀ ਗੱਲ ਸੀਗੀ ਕਿ ਬਿਲਕੁਲ ਸੁਭਾਵਕ ਆ ਕਿ ਜਿਸ ਘਰ ਵਿੱਚ ਮੌਤ ਹੋਈ ਆ ਤਾਂ ਘਰ ਦੇ ਜਿਹੜੇ ਜੀ ਆ ਪੁਰਾਣੇ ਆ ਉਹਨਾਂ ਦਾ ਜਿਹੜਾ ਇਹੋ ਜਿਹਾ ਮਾਹੌਲ ਬਣ ਜਾਂਦਾ ਗਮਗੀਨ ਮਾਹੌਲ ਹੁੰਦਾ ਉਹਨਾਂ ਲਈ ਜਿਹੜਾ ਇਸ ਸਮੇਂ ਪ੍ਰਬੰਧ ਕਰਨਾ ਜਿਹੜਾ ਸੀਗਾ ਉਹਨਾਂ ਨੂੰ ਖਿਆਲ ਵੀ ਨਹੀਂ ਰਹਿੰਦਾ ਜੇ ਖਾਸ ਤੌਰ 'ਤੇ ਨੌਜਵਾਨ ਦੀ ਮੌਤ ਹੋਈ ਹੋਵੇ ਤਾਂ ਉਸ ਸਮੇਂ ਉਹਨਾਂ ਖਾਣ ਪੀਣ ਦੀ ਸੁੱਧ ਵੀ ਨਹੀਂ ਹੁੰਦੀ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਆ ਆਖਿਰ ਪੇਟ ਨੂੰ ਤਾਂ ਭੁੱਖ ਤਾਂ ਚਾਹੀਦੀ ਲੱਗਦੀ ਸਾਰਿਆਂ ਨੂੰ ਭਾਵੇਂ ਖੁਸ਼ੀ ਦਾ ਮੌਕਾ ਚਾਹੇ ਗਮੀ ਦਾ ਮੌਕਾ ਉਹ ਜਿਹੜੇ ਸੱਜਣ ਮਿੱਤਰ ਸੀਗੇ ਸੰਬੰਧੀ ਗੁਆਂਢੀ ਉਹ ਫਿਰ ਪ੍ਰਸ਼ਾਦਾ ਬਣਾ ਕੇ ਲੈ ਆਉਂਦੇ ਸੀਗੇ ਔਰ ਜਿਹੜਾ ਅਸੀਂ ਦੇਖਦੇ ਹਾਂ ਕਾਰਨ ਬਾਅਦ ਜਿਹਦਾ ਖਾਸ ਤੌਰ ਸਾਨੂੰ ਸਮ੍ਰਿਤੀਆਂ ਵਿੱਚ ਮਿਲਦਾ ਹਿੰਦੂ ਵੀਰਾਂ ਦੀ ਸਮ੍ਰਿਤੀਆਂ ਵਿੱਚ ਕਿਹੜਾ ਬ੍ਰਾਹਮਣ ਆ ਉਹ ਭਾਵੇਂ ਵੱਖੋ ਵੱਖਰੀਆਂ ਕਿਸੇ ਨੇ ਲਿਖਿਆ ਕਿ ਉਹਦੇ 'ਚ ਬ੍ਰਾਹਮਣ ਦਾ ਕਾਲਸੂਤ ਜਿਹੜਾ ਸੂਤ ਜਿਹੜਾ ਪਾਤਕ ਜਿਹੜਾ ਉਹ 12 ਦੇ ਦਿੰਦਾ ਕਿਸੇ ਨੇ ਲਿਖਿਆ 10 ਦਿਨ ਦਿੰਦਾ ਇਹ ਉਹਨਾਂ ਦੇ ਵੱਖੋ ਵੱਖਰੇ ਜਿਹੜੀਆਂ ਸਮ੍ਰਿਤੀਆਂ ਉਹਨਾਂ ਦਿਨਾਂ ਦੀ ਗਿਣਤੀ ਘੱਟ ਵੱਧ ਦਿੱਤੀ ਹੋਈ ਆ ਇਹਦਾ ਖੱਤਰੀ ਜਿਹੜਾ
ਉਹਦੇ ਜਿਹੜਾ ਗਾ ਉਹ 13 ਦਿਨ ਉਹਦੇ ਘਰ ਪਾਤਕ ਪਿਆ ਰਹਿੰਦਾ ਅਪਵਿੱਤਰਤਾ ਰਹਿੰਦੀ ਆ। ਜਿਹੜਾ ਵੈਸ਼ ਹੈਗਾ ਉਹ 15 ਔਰ ਕਈਆਂ ਨੇ ਜਿਹੜਾ ਉਹ 17 ਲਿਖਿਆ ਆ, ਪਰ ਸ਼ੂਦਰ ਬਾਰੇ ਤਕਰੀਬਨ ਸਾਰਿਆਂ ਨੇ ਲਿਖਿਆ ਕਿ ਉਹ 30 ਦਿਨ ਰਹਿੰਦੀ ਆ। ਇਸ ਲਈ ਲੱਗਦਾ ਕਿ ਜਿੰਨਾ ਜਦੋਂ ਇਹ ਬਹੁਤੀ ਜਿਹੜੀ ਜਾਤ ਪਾਤ ਜਿਹੜੀ ਜਨਮ ਤੋਂ ਮੰਨੀ ਗਈ ਆ ਇਹ ਉਦੋਂ ਇੰਨੀ ਪ੍ਰਚਲਿਤ ਨਹੀਂ ਸੀ ਹੋਈ, ਉਹਨੇ ਇਹ ਭਿਆਨਕ ਰੂਪ ਨਹੀਂ ਸੀ ਧਾਰਨ ਕੀਤਾ। ਇਹ ਤੇ ਅਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਸ਼ੂਦਰ ਬਾਰੇ ਸਾਰਿਆਂ ਦੀ ਰਾਏ ਇੱਕੋ ਆ ਕਿ 30 ਦਿਨ ਦੇਵੇ, ਪਰ ਜਿਹੜੇ ਜਿਹਨਾਂ ਦੇ ਕਮਜ਼ੋਰ ਵਰਗ ਸੀਗਾ ਉਹਨਾਂ ਲਈ ਜਿਹੜੀ ਜ਼ਿਆਦਾ ਉਹਨਾਂ ਸਪੋਰਟ ਦੀ ਲੋੜ ਸੀਗੀ, ਸਹਾਇਤਾ ਦੀ ਲੋੜ ਸੀਗੀ, ਤਾਂ ਕਿ ਜਿਹੜੇ ਰਿਸ਼ਤੇਦਾਰ ਸੰਬੰਧੀ ਸੱਜਣ ਮਿੱਤਰ ਉਹਨਾਂ ਦੀ ਸਹਾਇਤਾ ਕਰਨ, ਤਾਂ ਉਹਨਾਂ ਦੇ ਜਿਹੜੇ ਦਿਨ ਆ ਉਹ 30 ਦਿਨ ਕੀਤੇ ਗਏ। ਪਰ ਫਿਰ ਕੀ ਆ ਆਸਤੇ ਆਸਤੇ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹਦੇ 'ਚ ਇਹੋ ਜਿਹੀ ਚਾਸ਼ਨੀ ਚੜ੍ਹ ਗਈ ਧਰਮ ਦੀ, ਆਖੋ ਧਰਮ ਦੀ ਚਾਸ਼ਨੀ ਤਾਂ ਮਾੜੀ ਨਹੀਂ, ਪਰ ਜੋ ਧਰਮ ਐਸੇ ਲੋਕਾਂ ਵੱਲੋਂ ਧਰਮ ਨੂੰ ਰੂਪ ਦਿੱਤਾ ਗਿਆ ਉਹ ਜਿਹੜਾ ਉਹ ਧਰਮ ਜਿਹੜਾ ਧਰਮ ਨਾਲ ਕੋਈ ਉਹਦਾ ਸੰਬੰਧ ਕੋਈ ਨਹੀਂ, ਕੋਈ ਸਰੋਕਾਰ ਨਹੀਂ, ਪਰ ਬਦਕਿਸਮਤੀ ਹੈ ਕਿ ਜ਼ਿਆਦਾਤਰ ਜਨ ਸਧਾਰਨ ਵੱਲੋਂ ਉਹਨੂੰ ਹੀ ਧਰਮ ਸਮਝਿਆ ਗਿਆ, ਅੱਜ ਵੀ ਸਮਝਿਆ ਜਾ ਰਿਹਾ। ਤੋ ਇੰਝ ਸਿਲਸਿਲਾ ਜਾਂ ਪ੍ਰਚਲਿਤ ਹੋਇਆ ਕਿ ਅਸ਼ੁੱਧੀ ਜਿਹੜੀ ਆ ਉਹ ਪੈ ਗਈ ਆ, ਇਹਨਾਂ ਦਿਨਾਂ ਬਾਅਦ ਇਹ ਜਿਹੜੀ ਅਸ਼ੁੱਧੀ ਜਿਹੜੀ ਆ ਇਹ ਦੂਰ ਹੁੰਦੀ ਆ। ਔਰ ਕਈਆਂ ਨੇ ਬਕਾਇਦਾ ਉਪਾਅ ਲਿਖਿਆ ਕਿ ਐਸਾ ਕਰਨਾ ਪਊਗਾ। ਤੋ ਗੁਰਮਤਿ ਵਿੱਚ ਜਿਹੜੀਆਂ ਇਹਨਾਂ ਗੱਲਾਂ ਨੂੰ ਜਿਹੜੀ ਉਹ ਬਿਲਕੁਲ ਮਾਨਤਾ ਨਹੀਂ ਦਿੱਤੀ ਗਈ। ਹਾਂ, ਜਿਹੜੀ ਸਹਾਇਤਾ ਕਰਨਾ ਉਹ ਜਿਹੜਾ ਯੋਗ ਆ ਉਹਨੂੰ ਕਿਸੇ ਨੇ ਵੀ ਕੋਈ ਨਿਖੇਧੀ ਨਹੀਂ ਕੀਤੀ ਹੋਈ, ਉਹ ਕਰਨੀ ਚਾਹੀਦੀ ਆ। ਪਰ ਜੇਕਰ ਇਹਨੂੰ ਅਸੀਂ ਇੱਕ ਜਿਵੇਂ ਰਸਮ ਨਾਤੀ ਕਈ ਥਾਈਂ ਕਿ ਬਕਾਇਦਾ ਇਹ ਜਿਹੜਾ ਪਰਿਵਾਰ ਆ, ਖਾਸ ਤੌਰ 'ਤੇ ਜਿਹੜਾ ਧੀ ਆ ਜਿਹਦੇ ਉਹ ਵਿਆਹੀ ਗਈ ਆ, ਤਾਂ ਉਹਨਾਂ ਕੁੜਮਾਂ 'ਤੇ ਹੀ ਜੇ ਸੁੱਟਿਆ ਗਿਆ ਕਿ ਕੁੜਮ ਹੀ ਰੋਟੀ ਬਣਾਉਣਗੇ, ਮਤਲਬ ਉਹੀ ਪ੍ਰਬੰਧ ਕਰਨਗੇ, ਉਹੀ ਖਰਚਾ ਦੇਣਗੇ, ਮਤਲਬ ਇਹ ਜ਼ਿਆਦਤੀ ਆ। ਹਾਂ, ਜੇਕਰ ਉਹ ਆਰਥਿਕ ਪੱਖੋਂ ਖੁਸ਼ਹਾਲ ਆ, ਉਹਨਾਂ ਨੂੰ ਕੋਈ ਸਮੱਸਿਆ ਨਹੀਂ, ਤਾਂ ਉਹ ਵੀ ਕਰ ਲੈਣ, ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਪਰ ਜੇਕਰ ਜਿਹੜਾ ਉਹ ਇੰਨੇ ਆਰਥਿਕ ਪੱਖੋਂ ਮਜ਼ਬੂਤ ਨਹੀਂ, ਪਰ ਉਹਨਾਂ ਨੂੰ ਮਜਬੂਰ ਕਰ ਦੇਣਾ ਕਿ ਨਹੀਂ, ਕਿਉਂਕਿ ਇਸ ਘਰ ਵਿੱਚ ਅੱਗ ਨਹੀਂ ਬਾਲਣੀ, ਕਈ ਦੇ ਘਰ ਪਹਿਲੇ ਦਿਨ ਜਿਨ 'ਤੇ ਸੰਸਕਾਰ ਨਹੀਂ ਹੁੰਦਾ ਉਹਨਾਂ 'ਚ ਹੀ ਕਰਦੇ ਆ, ਕਈ ਹੋਰ ਦਿਨ ਵਹਿਮ ਕਰ ਕਰਕੇ ਹੋਰ ਵੀ ਕਈ ਦਿਨ ਜਿਹੜਾ ਐਸਾ ਨਹੀਂ ਕਰਦੇ। ਪਰ ਜੇ ਉਚੇਚੇ ਤੌਰ 'ਤੇ ਕਿਸੇ ਰਿਸ਼ਤੇਦਾਰ ਦੇ ਕਹਿਣਾ ਵੀ ਤੇਰੀ ਇਹ ਜ਼ਿੰਮੇਵਾਰੀ ਆ, ਇਹ ਧਰਮ ਆ, ਇਹ ਫਰਜ਼ ਆ, ਜੇਕਰ ਉਹ ਨਿਭਾਉਣ ਦੇ ਯੋਗ ਆ ਤਾਂ ਫਿਰ ਤਾਂ ਕੋਈ ਗੱਲ ਨਹੀਂ। ਪਰ ਜੇਕਰ ਉਹ ਕਈ ਪਰਿਵਾਰ ਜਿਹੜੇ ਇਸ ਸਮਰੱਥਾ ਉਹਨਾਂ ਦੇ ਨਹੀਂ ਹੁੰਦੀ, ਕਿਉਂਕਿ ਅੱਜ ਸਾਡਾ ਜਿਹੜਾ ਜੰਮਣਾ ਮਰਨਾ ਵੀ ਇੰਨਾ ਅਸੀਂ ਮਹਿੰਗਾ ਕਰਤਾ, ਫਜ਼ੂਲ ਜਿਹੜੇ ਅਸੀਂ ਰਸਮਾਂ ਜਿਹੜੀਆਂ ਇੰਨੀ ਵਧਾ ਲਈਆਂ, ਦਿਖਾਵਾ ਇੰਨਾ ਵੱਧ ਗਿਆ ਕਿ ਸਾਡਾ ਜਿਹੜਾ ਗਰੀਬ ਬੰਦੇ ਲਈ ਜਿਹੜਾ ਬੰਦਾ ਮਰ ਜਾਂਦਾ ਪਰਿਵਾਰ 'ਚੋਂ, ਉਹਨੂੰ ਸੰਭਾਲਣਾ ਵੀ ਬੜਾ ਮੁਸ਼ਕਲ ਹੋ ਗਿਆ। ਅਸੀਂ ਭਾਵੇਂ ਉਹ ਰਿਸ਼ਤੇਦਾਰਾਂ ਦੀ ਆਓ ਭਗਤ ਨੂੰ ਲੈ ਲਈਏ, ਚਾਹੇ ਉਹ ਧਰਮ ਦਾ ਜੁੜੀਆਂ ਹੋਈਆਂ ਰਸਮਾਂ ਜਿਹੜੀਆਂ ਹੈਗੀਆਂ, ਜੋ ਰੀਤਾਂ ਹੈਗੀਆਂ, ਉਹਨਾਂ ਨੂੰ ਲੈ ਲਈਏ, ਉਹ ਵੀ ਅਸੀਂ ਜਿਹੜਾ ਉਹ ਇੰਨਾ ਜ਼ਿਆਦਾ ਬੋਝਲ ਬਣਾ ਦਿੱਤਾ, ਇਹਨਾਂ ਕਰਮਕਾਂਡ ਦਾ ਭਿਅੰਕਰ ਰੂਪ ਧਾਰਨ ਅਸੀਂ ਕਰ ਲਿਆ, ਬਣਾ ਲਿਆ, ਕਿ ਆਮ ਬੰਦੇ ਲਈ ਉਹ ਕਰਨਾ ਵੀ ਬੜਾ ਮੁਸ਼ਕਲ ਹੋ ਗਿਆ। ਤੋ ਸ਼੍ਰੀ ਗੁਰਬਾਣੀ ਦਾ ਪੱਖ ਜਿਹੜਾ ਹੈਗਾ ਉਹਦੇ 'ਤੇ ਬੜਾ ਸਪਸ਼ਟ ਆ, ਜਿੱਦਾਂ ਗੁਰੂ ਸਾਹਿਬ ਮਹਾਰਾਜ ਦਾ ਪਾਵਨ ਫੁਰਮਾਣ ਆ ਕਿਹੜਾ, ਮਨ ਕਾ ਸੂਦਕ ਦੂਜਾ ਪਾਓ, ਭਰਮੇ ਭੂਲੇ ਆਵੋ ਜਾਓ, ਮਨਮੁਖ ਸੂਦਕ ਕਬੈ ਨਾ ਜਾਏ, ਜਿਸ ਚਿਰ ਸ਼ਬਦ ਨਾ ਭੀਜੈ ਹਰ ਕਹਿ ਨਾ। ਬਿਲਕੁਲ, ਇਹ ਗੁਰੂ ਸਾਹਿਬ ਦਾ ਪਾਵਨ ਫੁਰਮਾਣ ਆ। ਹਾਂ, ਇਹ ਸੂਤਕੀ ਸੂਤ ਦੀ ਮਹਾਰਾਜ ਇੱਥੇ ਗੱਲ ਕਰ ਰਹੇ ਆ, ਇਹ ਸੂਤਕ ਪਾਤਕ ਉਹ ਨਹੀਂ ਜੋ ਅਸੀਂ ਆਮ ਸਮਝੀ ਬੈਠੇ ਹਾਂ। ਗੁਰੂ ਸਾਹਿਬ ਨੇ ਇਸ ਸੂਤਕ ਪਾਤਕ ਦੀ ਗੱਲ ਕੀਤੀ ਆ, ਪਰ ਇਹਦੇ ਨਾਲ ਜਿਹੜਾ ਅਸਲ ਸੂਤਕ ਪਾਤਕ ਆ, ਜਿਹਨੂੰ ਗੁਰੂ ਸਾਹਿਬ ਮੰਨਦੇ ਆ ਕਿ ਸੱਚਮੁੱਚ ਇਹ ਸੂਤਕ ਇਹ ਪਾਤਕ ਆ, ਇਹ ਅਪਵਿੱਤਰਤਾ, ਇਹ ਅਸ਼ੁੱਧੀ ਆ, ਤਾਂ ਗੁਰਬਾਣੀ ਵਿੱਚ ਇਸ ਸ਼ਬਦ ਵੀ ਖਾਸ ਤੌਰ 'ਤੇ ਉਸ ਸੂਤਕ ਪਾਤਕ ਦਾ ਹੀ ਜ਼ਿਕਰ ਆ। ਇਸ ਲਈ ਆਖਿਆ ਕਿ ਮਨਮੁਖ ਸੂਤਕ ਕਬੈ ਨਾ ਜਾਏ, ਜਿਹੜਾ ਮਨਮੁਖ ਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਜਿਹੜਾ ਉਹਦਾ ਉਹ ਸੂਤਕ ਵੀ ਬਾਹਰ ਨਿਕਲ ਹੀ ਨਹੀਂ ਸਕਦਾ। ਔਰ ਨਾ ਫਿਰ ਦੱਸਿਆ, ਦੂਜੀ ਪੰਕਤੀ ਵੀ ਦੱਸ ਦਿੱਤਾ ਕਿ ਜਿਸ ਚਿਰ ਸ਼ਬਦ ਨਾ ਭੀਜੈ ਹਰ ਕਹਿ ਨਾ, ਕਿ ਜਿੰਨਾ ਚਿਰ ਉਹ ਗੁਰੂ ਦੇ ਸ਼ਬਦ ਵਿੱਚ ਭਿੱਜਦਾ ਨਹੀਂ, ਉਹਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ, ਰੱਬੀ ਗੁਣਾਂ ਨੂੰ ਧਾਰਨ ਕਰ ਉਹਨਾਂ ਅਨੁਸਾਰ ਉਹ ਆਪਣੀ ਜ਼ਿੰਦਗੀ ਬਸਰ ਨਹੀਂ ਕਰਦਾ, ਉਹਨਾਂ ਚਿਰ ਉਹਦਾ ਇਹ ਸੂਤਕ ਦੂਰ ਹੋ ਹੀ ਨਹੀਂ ਸਕਦਾ। ਇੱਥੇ ਗਿਣਤੀ ਦਿਨਾਂ ਦੀ ਗਿਣਤੀ ਨਹੀਂ, ਨਾ ਇੱਥੇ ਜਿਹਦਾ ਸਵਾਲ ਆ ਕਿ ਕੋਈ ਇਨਸਾਨ ਜਿਹੜਾ ਉਹਦੀ ਮੌਤ ਹੋ ਗਈ ਆ, ਮ੍ਰਿਤੂ ਅਕਾਲ ਚਲਾਣੇ ਉਪਰੰਤ ਜਿਹੜਾ ਸੂਤਕ ਪਿਆ, ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਉਸ ਪਾਤਕ ਨਾਲ, ਇਹ ਪਾਤਕ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਆ। ਇਸ ਲਈ ਗੁਰੂ ਸਾਹਿਬ ਜਦੋਂ ਬਾਣੀ ਵਿੱਚ ਗੱਲ ਕਰਦੇ ਆ ਕਿ ਜਿਹੜਾ ਇਹ ਸੂਤਕ ਆ ਇਹ ਕਿਵੇਂ ਵਿਆਪਦਾ, ਕਿਵੇਂ ਲੱਗਦਾ,
ਤਾਂ ਮਹਾਰਾਜ ਕਰ ਰਹੇ ਆ ਕਿ ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ ਅੱਖੀਂ ਸੂਤਕ ਵੇਖਣਾ ਪਰਤ ਰਿਹਾ ਭਰਤਨ ਰੂਪ ਇਹ ਸੂਤਕ ਦੇ ਰੂਪ ਆ ਬਾਣੀ ਵਿੱਚ ਕਿ ਜਿਹਨੂੰ ਸੱਚਮੁੱਚ ਮਹਾਰਾਜ ਅਸ਼ੁੱਧੀ ਮੰਨਿਆ ਇਸ ਲਈ ਜਦੋਂ ਬਾਣੀ ਵਿੱਚ ਮਹਾਰਾਜ ਕਹਿੰਦੇ ਆ ਕਿ ਜਿਹੜੇ ਇਹ ਜਿਹੜੇ ਔਗੁਣ ਆ ਕਮਜ਼ੋਰੀਆਂ ਵਾਸ਼ਨਾਵਾਂ ਜਿਹਨਾਂ ਵਾਸ਼ਨਾਵਾਂ ਦਾ ਸ਼ਿਕਾਰ ਹੋਇਆ ਮਨੁੱਖ ਹਮੇਸ਼ਾ ਅਸ਼ੁੱਧ ਰਹਿੰਦਾ ਉਹ ਭਾਵੇਂ ਕਿੰਨੇ ਵੀ ਧਰਮ ਕਰਮ ਆਪਣੇ ਵੱਲੋਂ ਕਰੇ ਇਸ਼ਨਾਨ ਕਰੇ ਖਾਸ ਤੀਰਥਾਂ 'ਤੇ ਜਾਵੇ ਹੋਰ ਇਹੋ ਜਿਹੇ ਕਰਮ ਕਾਂਡ ਕਰੇ ਤਾਂ ਇਹੋ ਜਿਹੇ ਕਰਮ ਕਾਂਡ ਕਰਨ ਨਾਲ ਉਹਦੀ ਇਹ ਅਸ਼ੁੱਧੀ ਦੂਰ ਨਹੀਂ ਹੁੰਦੀ ਇਹ ਅਪਵਿੱਤਰਤਾ ਉਸਦੀ ਜਿਉਂ ਦੀ ਤਿਉਂ ਬਰਕਰਾਰ ਹੋਊਗੀ ਤੋ ਇਸ ਲਈ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਦਾ ਪਾਵਨ ਸ਼ਲੋਕ ਆ ਉਹ ਜਦੋਂ ਪਹਿਲੇ ਸ਼ਲੋਕ ਜਦੋਂ ਕਹਿੰਦੇ ਆ ਤਾਂ ਉਹਦੇ ਵਿੱਚ ਇਹੀ ਸਵਾਲ ਉੱਠਦੇ ਆ ਕਿ ਜੇਕਰ ਸੂਤਕ ਮੰਨੀ ਹੈ ਸਭ ਤੋਂ ਸੂਤਕ ਹੋਏ ਇੱਥੇ ਜੋ ਆਮ ਲੋਕਾਂ ਵੱਲੋਂ ਮੰਨਿਆ ਜਾ ਰਿਹਾ ਜਿਹੜਾ ਜਿਸ ਪਾਤ ਸੂਤ ਪਾਤਕ ਦੀ ਆਪਾਂ ਗੱਲ ਕਰ ਰਹੇ ਹਾਂ ਗੁਰੂ ਸਾਹਿਬ ਇਸੇ ਪ੍ਰਕਰਨ ਵਿੱਚ ਇਹਦੀ ਗੱਲ ਕਰ ਰਹੇ ਆ ਕਿ ਜੇਕਰ ਇਹਦੀ ਗੱਲ ਕਰ ਰਹੇ ਹੋ ਇਹ ਸੂਤਕ ਤਾਂ ਹਰ ਥਾਂ ਵਿਆਪ ਰਹੇ ਆ ਇਹਦੇ ਤੋਂ ਛੁਟਕਾਰਾ ਪਾਉਣਾ ਸੰਭਵ ਹੀ ਨਹੀਂ ਇਸ ਲਈ ਆਖੇ ਆਇਆ ਕਿ ਜੇਕਰ ਸੂਤਕ ਮੰਨਿਆ ਸਭ ਤੈ ਸੂਤਕ ਹੋਏ ਗੋਏ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਆਣ ਕੇ ਜੀਆਂ ਵਾਜਨਕ ਵਾਜਨਕ ਹੋਏ ਉਹ ਆਖਿਆ ਕਿ ਕੋਈ ਜੀ ਐਸਾ ਅੰਨ ਹੈ ਹੀ ਨਹੀਂ ਜਿਹਦੇ ਵਿੱਚ ਜਿੰਦ ਨਹੀਂ ਜਿੰਨੇ ਵੀ ਜੀ ਉਹਨਾਂ ਵਿੱਚ ਜਿਹੜਾ ਜਿੰਦਾ ਜੰਮਣ ਮਰਨ ਦਾ ਸਿਲਸਿਲਾ ਤੁਰਿਆ ਜਾ ਰਿਹਾ ਇਸ ਲਈ ਇਹਦੇ ਵਾਹਿਗੁਰੂ ਦਾ ਹੁਕਮ ਆ ਰਜ਼ਾ ਇਹਦੇ ਹੁਕਮ ਵਿੱਚ ਜਿਹੜਾ ਜੰਮਣਾ ਮਰਨਾ ਇਹ ਪ੍ਰਭੂ ਦਾ ਹੁਕਮ ਆ ਉਹਦੀ ਰਜ਼ਾ ਇਹ ਸਿਲਸਿਲਾ ਜਿਹਾ ਚੱਲਦਾ ਆਇਆ ਚੱਲਦਾ ਰਹਿਣਾ ਤੋ ਮਹਾਰਾਜ ਇਸ ਸਮੇਂ ਜਿਹੜੇ ਸੂਤਕ ਪਦ ਦਾ ਜਿਹੜਾ ਭਰਮ ਸੀ ਜਿਹਨੂੰ ਭਰਮ ਬਣਾਇਆ ਗਿਆ ਵਹਿਮ ਬਣਾਇਆ ਗਿਆ ਮਹਾਰਾਜ ਉਹਨੂੰ ਮੁੰਡੂ ਹੀ ਕੰਡੈਮ ਕਰਦੇ ਆ ਰੱਦ ਕਰਦੇ ਆ ਔਰ ਫਿਰ ਮਹਾਰਾਜ ਜਿਹੜਾ ਅਸਲ ਸੂਤਕ ਆ ਜਿਹੜਾ ਸੂਤਕ ਜਿਹੜਾ ਉਹ ਸਾਰਿਆਂ ਨੂੰ ਵਿਆਪ ਰਹੇ ਆ ਚਾਹੇ ਉਹ ਇਸਤਰੀ ਆ ਚਾਹੇ ਪੁਰਸ਼ ਆ ਚਾਹੇ ਕੋਈ ਜਵਾਨ ਆ ਚਾਹੇ ਬੁੱਢਾ ਜਿਹਦੀ ਵੀ ਇਹੋ ਜਿਹੀ ਤਰਜ਼ੇ ਜ਼ਿੰਦਗੀ ਆ ਤੋ ਇਸ ਲਈ ਮਹਾਰਾਜ ਦੀ ਗੱਲ ਕਰਦਿਆਂ ਕਹਿੰਦੇ ਆ ਕਿ ਮਨ ਕਾ ਸੂਤਕ ਲੋਭ ਹੈ ਕਿ ਜਿਹੜੇ ਲੋਭ ਆ ਇਹ ਜਿਹੜਾ ਝੂਠ ਆ ਹੰਕਾਰ ਆ ਪਰ ਤਨ ਪਰ ਰੂਪ ਨੂੰ ਵਿਕਾਰ ਦੀ ਦਿਸ਼ਾ ਦੇਖਣਾ ਮਨ ਵਿੱਚ ਮਾੜੀ ਵਾਚਨਾ ਲਾ ਕੇ ਦੇਖਣਾ ਇਹ ਜਿਹੜੇ ਵਿਵਹਾਰ ਆ ਇਹ ਨਿਰਸੰਦੇਹ ਜਿਹੜੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਜਿਹੜੇ ਇਹ ਅਪਵਿੱਤਰਤਾ ਗੀ ਅਸ਼ੁੱਧੀ ਆ ਪਰ ਇਹ ਜਿਹੜੀ ਅਸ਼ੁੱਧੀ ਆ ਇਹ ਅਸ਼ੁੱਧੀ ਜਿਹੜੀ ਹਮੇਸ਼ਾ ਹੀ ਵਿਆਪਦੀ ਹੈ ਜਦੋਂ ਮਨੁੱਖ ਦੀ ਇਹੋ ਜਿਹੀ ਜ਼ਿੰਦਗੀ ਜਿਉਣ ਦਾ ਢੰਗ ਹੋਵੇ ਅਤੇ ਇਸ ਲਈ ਆਖ ਦਿੱਤਾ ਕਿ ਇਹ ਜਿਹੜੀ ਅਸ਼ੁੱਧੀ ਆ ਇਹ ਨਾਨਕ ਸੂਤਕ ਇਹ ਵਿਨੌਤਰ ਹੈ ਗਿਆਨ ਉਤਾਰੈ ਤੋਏ ਕਿ ਇਹ ਤਾਂ ਗੁਰੂ ਦੇ ਬਖਸ਼ੇ ਗਿਆਨ ਨਾਲ ਸੋਝੀ ਨਾਲ ਸਮਝ ਨਾਲ ਉਹਨੂੰ ਸਮਝ ਕੇ ਅਪਣਾਇਆ ਹੀ ਦੂਰ ਹੋ ਸਕਦੀ ਆ ਕਿ ਪਤਾ ਲੱਗਦਾ ਕਿ ਅਸੀਂ ਦੇਖਣਾ ਪਰ ਅਸੀਂ ਦੇਖਣਾ ਕਿ ਦ੍ਰਿਸ਼ਟੀ ਨਾਲ ਆ ਸੁਣਨਾ ਅਸੀਂ ਪਰ ਸੁਣਨਾ ਕੀ ਆ ਵੇਖਣਾ ਵੇਖਣਾ ਕੀ ਆ ਚੱਲਣਾ ਪਰ ਚੱਲਣਾ ਕਿਹੜੇ ਪਾਸੇ ਆ ਫਿਰ ਸਾਨੂੰ ਜਿਹੜੇ ਆਪਣੇ ਗਿਆਨ ਅਤੇ ਕਰਮ ਇੰਦਰੇ ਆ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਸਾਨੂੰ ਮਾਲਕ ਨੇ ਕਿਉਂ ਦਿੱਤੇ ਆ ਸਾਨੂੰ ਇਸ ਗੱਲ ਦੀ ਜਿਹੜੀ ਸਮਝ ਆ ਜੂਗੀ ਅਸੀਂ ਇਹਨਾਂ ਦੀ ਠੀਕ ਵਰਤੋਂ ਕਰਾਂਗੇ ਜਿਹੜਾ ਹਮਸੂਤਕ ਪਾਤਕ ਆ ਉਹਦੇ ਬਾਰੇ ਦੇਖੋ ਗੁਰੂ ਸਾਹਿਬ ਜੀ ਨੇ ਪਾਵਣ ਬਾਣੀ ਵਿੱਚ ਬੜੇ ਸਪਸ਼ਟ ਨਿਰਣਾਇਕ ਰੂਪ ਸਾਨੂੰ ਦੱਸਿਆ ਹੀ ਆ ਪਰ ਜਿਹੜਾ ਅਸੂਤਕ ਪਾਤਕ ਆ ਇਹ ਜ਼ਰੂਰ ਗੁਰਬਾਣੀ ਜਿਹੜੀ ਆ ਗੁਰਬਾਣੀ ਜੀਵ ਜੁਗਤੀ ਨੂੰ ਮੰਨਿਆ ਗਿਆ ਔਰ ਇਹਨੂੰ ਇਸ ਰੂਪ ਵਿੱਚ ਦਰਸਾ ਮਨੁੱਖ ਨੂੰ ਇਸ ਸੂਤਕ ਪਾਤ ਤੋਂ ਖੜਾ ਛਡਾਉਣ ਲਈ ਜਿਹੜਾ ਉਹ ਹਰ ਸ਼ਬਦ ਗੁਰਬਾਣੀ ਦਾ ਹਰ ਵਾਕ ਉਹ ਮਨੁੱਖ ਨੂੰ ਪ੍ਰੇਰਨਾ ਦਿੰਦਾ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਪਰ ਜਿਹੜਾ ਲੋਕਾਂ ਦਾ ਮੰਨਿਆ ਹੋਇਆ ਜਿਹੜਾ ਜੰਮਣ ਜਾਂ ਮਰਨ ਨਾਲ ਪੈਂਦਾ ਉਹ ਸਾਡੇ ਈਵਨ ਇਤਿਹਾਸ ਵਿੱਚ ਅਜੇ ਬੜਾ ਮਿਲਗੋਬਾ ਅਸੀਂ ਦੇਖਦੇ ਹਾਂ ਕਿ ਇਤਿਹਾਸ ਵਿੱਚ ਗੁਰੂ ਸਾਹਿਬਾਨ ਦੇ ਮੁੱਖੋਂ ਬਹੁਤ ਕੁਝ ਐਸਾ ਕਢਵਾਇਆ ਹੋਇਆ ਜਿਹੜਾ ਕਿ ਉਹਨਾਂ ਦੀ ਆਪਣੀ ਬਾਣੀ ਜਿਹੜੀ ਆ ਜਿਹਨੇ ਉਹਨਾਂ ਮੁੱਖੋਂ ਨਿਕਲੀ ਆ ਉਚਾਰੀ ਆ ਔਰ ਉਸੇ ਰੂਪ ਵਿੱਚ ਸਾਡੇ ਕੋਲ ਪਹੁੰਚੀ ਆ ਉਹਦੇ ਨਾਲ ਉਹਨਾਂ ਦਾ ਕੋਈ ਜਿਹੜਾ ਉਹ ਤਾਲਮੇਲ ਨਹੀਂ ਬੈਠਦਾ ਗੁਰਬਾਣੀ ਕੁਝ ਕਹਿੰਦੀ ਆ ਪਰ ਗੁਰੂ ਸਾਹਿਬ ਨਾਲ ਸੰਬੰਧਿਤ ਕਰ ਜਾਂ ਉਹਨਾਂ ਦੇ ਮੂੰਹ ਕੁਝ ਲਿਖਣ ਵਾਲੇ ਕੁਝ ਹੋਰ ਕਢਵਾ ਰਹੇ ਆ ਤਾਂ ਸੁਭਾਵਿਕ ਆ ਬਿਲਕੁਲ ਸਪਸ਼ਟ ਆ ਕਿ ਉਹ ਲਿਖਣ ਵਾਲਿਆਂ ਦੀ ਆਪਣੀ ਸੋਚ ਆ ਉਹਨਾਂ ਦੀ ਆਪਣੀ ਮਨੌਤ ਆ ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਇਤਿਹਾਸ ਜਾਂ ਕਿਧਰੇ ਨਾ ਕਿਧਰੇ ਕਈ ਥਾਂ ਸਾਨੂੰ ਉਹ ਝਲਕ ਮਿਲਦੀ ਆ ਜਿਹੜੀ ਕਿ ਗੁਰਬਾਣੀ ਨੇ ਮਨੁੱਖ ਨੂੰ ਦਿਖਾਈ ਆ ਇਸ ਤਰ੍ਹਾਂ ਸਾਖੀ ਹੁੰਦੀ ਆ ਕਿ ਗੁਰੂ ਸਾਹਿਬ ਦੇ ਸਮੇਂ ਕੋਈ ਸਿੱਖ ਜਿਹੜੇ ਆ ਕਿ ਬ੍ਰਾਹਮਣ ਪਰਿਵਾਰ ਤੋਂ ਜਿਨ੍ਹਾਂ ਨੇ ਸਿੱਖੀ ਅਪਣਾਈ ਆ ਤੋ ਸੁਭਾਵਿਕ ਆ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਸੰਬੰਧੀ ਆ ਉਹ ਉਹਨਾਂ ਨੂੰ ਟਾਂਜ ਕਰਦੇ ਆ ਮਖੌਲ ਕਰਦੇ ਆ ਔਰ ਉਹਨਾਂ ਨੂੰ ਤਾਣੇ ਮਿਹਣੇ ਮਾਰਦੇ ਆ ਔਰ ਇੱਥੋਂ ਤੱਕ ਕਹਿਣ ਲੱਗ ਪਵੇ ਤੁਸੀਂ ਤਾਂ ਜਿਹੜੀ ਆ ਉਹ
कोई कर्म धर्म करते ही नहीं तो थोड़ा छुटकारा तो उन्होंने सुरग नहीं मिल लगा थोड़े गति नहीं हो लगी जे वडेरे है जो मरण गए जो पिछे किरिया कर्म करते ही नहीं गए इसलिए उन्होंने गति किवें होगी तो क्योंकि उन्होंने सिखी जी कमाई आ समझ के कमाई आ इसलिए डोलते नहीं घबराते नहीं पर उन्होंने दलील लैके उन्होंने फिर निरुतर करते कहते देखो भी तुम पहली गल ये है कि सानू जिद असी लड़ लगे हाँ उन्हें सानू समझाया कि असी जीवदे जी मुक्त होना सानू जे सुरग आ शिवपुरी आ विश इन्ह सू इन्हों की लोड़ ही नहीं क्योंकि उन्हें गुरबाणी को पढ़िया समझिया और गुरबाणी में पक्ष जरा बड़ा दसिया हो जे मुक्त बपड़ी भी ज्ञानी त्यागे जेडे ज्ञानवान आ जिन्होंने गुरु की मत ली आदा जे कथते जी मुक्ति दसी आ कि मरण तो बाद मिलेगी उन्होंने इस मुक्ति तो त्याग कर दिता है तो उन्होंने जरा वह धन नहीं बांचे सुरग नाच है अद प्रीत साध रज रच है तो जिन्होंने ये गल समझी हुई सी समझ के अपनाई हुई सी तो उन्होंने आखन लगे भी जेडे असी जिस गुरु के लड़ लगे हाँ वो ये सिक्ख्या का फल आ कि सानू समझ आ गई कि असल विच उह मुक्त होना की आ इसलिए असी ते इहदी उह सुरग की चाहत ही नहीं रखते ना सानू पितर लोग की चाहत आ कि जे कर कर्म का साडे पिछे कोई कर्म करूगा जां असी करांगे तां उहनू पितर लोग मिलूगा सानू तां उहदी चाहत ही नहीं फिर दूजी गल आ कि तुसीं आप कहिंदे हो कि जिस घर विच सूतक पातक होवे तां उह अपवित्र हुंदा सूतक पिया हुंदा तां उत्थे जिहड़ा कर्म कोई करदा तो वह फलदायक नहीं होंदा फलीभूत नहीं होंदा इसलिए उन्होंने जो कर्म करने की लोड़ जिहड़ी आ वह नहीं क्योंकि वह फल ही नहीं मिलना तुसीं आप कहिंदे हो तो कहन लगे भी असीं भी तुसीं जिहड़ा जिहड़ा असीं साह अंदर लैंदे आ इह जन्म हुंदा साह बाहर निकलदा इह मृत्यु हुंदी आ तो जम्मन मरन का सिलसिला यह जारी रहिंदा तो कहन लगे भी जदों पहलां वह कहिंदे आ कि भी तुहाडे किहड़ा सूतक पातक पिया होया वह कहन लगे जदों दा सानू असीं गुरु मिले आ साडा जिहड़ा अग्ञान रूपी पिता सीगा वह मर गया उहदी मौत हो गई आ तो जो दूजे पास घर जन्मया जरा ज्ञान रूपी पुत्र जन्मे इसे घर सूतक पिया ही रहा पातक पिया ही रहा तो कह लगे वह तो कुछ समय नहीं हों कह लगे भी ये ठीक आ कि जो थोड़ा सूतक पातक आ जो थोड़ा मापदंड अनुसार कुछ दिन का आता पर चूंकि सानू गुरु ने भी गल समझाई आ कि हर सुआ जरा अंदर जा रहा बहर आ जा रहा है जन्म मर हों तुम भी कहने जो नाभी सुआ उपजता यह जन्म हो रहा जरा नासका ताई बाहर निकल रहा यह मृत्यु आ तो इस तरह जरा असि सुहा सुहा करते ध्यान याद रखते हैं तो यह तो जम्मन मरण का सिलसिला लगा ही रहा तो सानू यह टाइम ही नहीं मिलता समा ही नहीं मिलता कि असी जेडे योजे कर्म धर्म कर सकी इसलिए सानू इन्ह कर्मां की लोड़ नहीं चाहू सचे गुरु के लड़ लगे हाँ जिन्हें कि सानू योजी जिंदगी बख्शी आ असि जीवदे जीव जुड़े हुए हाँ सानू मरण के बाद की जी वर्तारे कोई चिंता ही नहीं तो इसलिए गुरबाणी में तो यह पक्ष है ही आ कि इस पक्ष में जो बड़े स्पष्ट रूप में दर्शाया गया होनू कंडम किया हो असी जिहड़ा कि सहायता के पक्षों जेकर असी संकोच कर रहे हैं तो गल वखरी आ वो करनी चाहिए है बल्कि उस परिवार की नाले असी यह देखिए ना कि जो पुराने वक्त जी लेडीज होंदिया सी उन्हां दा मेन काम चौका सी जी हुण जदों किसी दे घर च डैथ हो जांदी है लेडीज दी मोस्ट इफेक्टेड परसन जी वो इफेक्टेड इन द सेंस जे तो किसी बंदे दी जां डैथ हो गई तां वो सुहाणी है जां उहदी वाइफ है ਤੇ ਜੇ ਲੇਡੀ ਦੀ ਹੀ ਹੋ ਜਾਏ ਤਾਂ ਉਹ ਜਿਹੜਾ ਚੌਕੇ ਦਾ ਟਾਈਮ ਹੈ ਜਿਹੜਾ ਉਹਨੇ ਜ਼ਿਆਦਾ ਕੁਕਿੰਗ ਦਾ ਟਾਈਮ ਸੀ ਹੁਣ ਤਾਂ ਜਿੱਦਾਂ ਫਾਸਟ ਫੂਡ ਚੱਲ ਪਏ ਰੈਸਟੋਰੈਂਟ ਚੱਲ ਪਏ ਹੋਰ ਚੀਜ਼ਾਂ ਚੱਲ ਪਈਆਂ ਬਾਹਰ ਉਸ ਵੇਲੇ ਤਾਂ ਇਹ ਸਾਰਾ ਕੁਝ ਸੀਗਾ ਨਹੀਂ ਜੀ ਸੋ ਪੜੋਸੀ ਜਾਂ ਰਿਸ਼ਤੇਦਾਰ ਹੀ ਕੈਸੇ ਸੀ ਜਿਹੜੇ ਉਸ ਵੇਲੇ ਆ ਕੇ ਚੌਕਾ ਸਾਂਭ ਸਕਦੇ ਸੀ ਜਾਂ ਬਾਹਰੋਂ ਚੌਕਾ ਬਣਾ ਕੇ ਉਹਨਾਂ ਲਈ ਲਿਆ ਸਕਦੇ ਸੀ ਜਾਂ ਬਿਲਕੁਲ ਜੀ ਸੋ ਇਹ ਕਿਉਂਕਿ ਉਸ ਵੇਲੇ ਮੇਨ ਕੰਮ ਜਿਹੜਾ ਸੀ ਹੁਣ ਤਾਂ ਜਿੱਦਾਂ ਵੱਡੇ ਸਿਟੀਜ਼ ਵਿੱਚ ਮੈਟਰੋ ਸਿਟੀਜ਼ ਵਿੱਚ ਹਰ ਇੱਕ ਕੋਲ ਕਈਆਂ ਕੋਲ ਮੇਡ ਵੀ ਹੈਗੀ ਜਿਹੜੇ ਇੰਡੀਆ 'ਚ ਹੈਗੇ ਜਾਂ ਦੂਜੇ ਹੈਗੇ ਆ ਔਰ ਉਹ ਸਿਸਟਮ ਹੀ ਬਦਲ ਗਿਆ ਬਦਲ ਗਿਆ ਫਿਰ ਵੀ ਕਈ ਵਹਿਮ ਕਰਦੇ ਵਹਿਮ ਤਦੇ ਮੈਂ ਕਹਿੰਦਾ ਉਸ ਵੇਲੇ ਜਿਹੜਾ ਸੀ ਉਹਨੂੰ ਕਨਵਰਟ ਕਰਤਾ ਗਿਆ ਵਹਿਮ ਵਿੱਚ ਸੋ ਜਦੋਂ ਵਹਿਮ ਵਿੱਚ ਕਨਵਰਟ ਕੀਤਾ ਤੇ ਉਹ ਮਾਡਰਨ ਸਿਸਟਮ ਸੂਟ ਵੀ ਨਹੀਂ ਕਰਦਾ
पर फिर भी वहम लोकी करी जांदे आ ते ए भी चीज समझ नहीं पेगी नाल नाल जी बिलकुल हां जी सानू जिहड़ियां जिहड़ा दा कोई सार्थक पक्ष आ ओ देखण दी लोड आ बाकी जे जिहड़ा वहम भरम जिहड़ा सानू वहमां भरमां चो बाहर निकलण दी लोड आ बिलकुल तो गुरु ने सानू हर तरह दे वहम भरम चो बाहर कढ़े आ उदों दूजे पासे असीं इह भी देखीए कि जिहड़ा जिहड़ी शुरुआत आ ਉਹ ਸ਼ੁਰੂਆਤ ਕਿਉਂ ਹੋਈ ਸੀਗੀ ਉਹਦੇ ਜਿਹੜੇ ਕਾਰਨ ਸੀ ਉਹ ਕਾਰਨ ਜਿਹੜੇ ਉਹ ਕਾਰਨ ਮਾੜੇ ਨਹੀਂ ਸੀਗੇ ਗਲਤ ਨਹੀਂ ਸੀਗੇ ਪਰ ਸਹਿਜੇ ਸਹਿਜੇ ਕਿਵੇਂ ਉਹਨਾਂ ਨੂੰ ਜਿਹੜਾ ਉਹ ਐਸੀ ਚਾਸ਼ਨੀ ਚੜ੍ਹ ਦਿੱਤੀ ਵਹਿਮ ਭਰਮ ਦੀ ਕਿ ਉਹ ਨਰੋਲ ਇੱਕ ਵਹਿਮ ਭਰਮ ਦਾ ਰੂਪ ਬਣ ਗਏ ਆ ਵਹਿਮ ਭਰਮ ਦਾ ਰੂਪ ਬਣਨ ਨਾਲ ਕੀ ਆ ਕਿ ਉਹ ਲੁੱਟ ਖਸੁੱਟ ਦਾ ਸਾਧਨ ਵੀ ਬਣ ਗਿਆ ਤੋ ਸਾਨੂੰ ਇਹਨਾਂ ਗੱਲਾਂ ਨੂੰ ਸਮਝ ਕੇ ਇਹ ਪੱਖ ਵੀ ਜਿਹੜੇ ਉਹ ਸਮਝਣ ਵਿਚਾਰਨ ਦੀ ਲੋੜ ਆ ਸਾਨੂੰ ਇਹਨਾਂ ਪੱਖਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਨਹੀਂ ਠੀਕ ਹੈ ਇਹ ਬਿਲਕੁਲ ਬਹੁਤ ਵਧੀਆ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਾਨੂੰ ਦੱਸਿਆ ਕਿ ਇਹ ਜਿਹੜਾ ਪਾਤਕ ਦਾ ਵਿੱਚ ਵਰਤਾਵਾ ਵਿੱਚ ਆ ਜਾਂਦਾ ਵਿੱਚ ਇੱਕ ਐਂਗਲ ਦੇ ਦਿੱਤਾ ਜਾਂਦਾ ਲੋਕਾਂ ਵੱਲੋਂ ਜਾਂ ਵਹਿਮ ਕੀਤਾ ਜਾਂਦਾ ਇਹ ਕਿਉਂ ਹੈ ਇਹਦੇ ਬਾਰੇ ਅਸੀਂ ਅੱਜ ਵਿਚਾਰ ਪੂਰੀ ਕੀਤੀ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਅਸੀਂ ਇੱਥੇ ਸੰਕੋਚਦੇ ਹਾਂ ਇਸ ਵੀਡੀਓ ਨੂੰ ਸੋ ਅੱਜ ਦੇ ਵਿੱਚ ਅਸੀਂ ਇਹ ਦੇਖਿਆ ਕਿ ਖਾਣਾ ਜਿਹੜਾ ਹੈ ਕਿਉਂ ਬਣਾਉਣਾ ਅਸੀਂ ਸ਼ੁਰੂ ਕਿੱਥੋਂ ਹੋਏ ਸੀ ਔਰ ਕਿੱਥੇ ਤੱਕ ਪਹੁੰਚ ਗਏ ਕਈ ਵਾਰੀ ਕਿਸ ਪਾਸੇ ਨੂੰ ਪੱਖ ਲੈ ਲਿਆ ਤੇ ਅਸੀਂ ਐਸੇ ਨੂੰ ਅਗਲੀਆਂ ਸੀਰੀਜ਼ ਵਿੱਚ ਕੰਟੀਨਿਊ ਕਰਦੇ ਹੋਏ ਅੰਤਮ ਸੰਸਕਾਰ ਦੇ ਸਾਰੇ ਪਹਿਲੂਆਂ ਤੋਂ ਅਸੀਂ ਡਿਸਕਸ ਕਰਾਂਗੇ ਭਾਈ ਸਾਹਿਬ ਤੁਹਾਡਾ ਬਹੁਤ ਥੈਂਕਸ ਫਿਰ ਤੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ